ਇੱਕ ਸਾਬਕਾ ਪ੍ਰਧਾਨ ਮੰਤਰੀ ਦੇ ਵੱਲੋਂ ਲਗਾਈ 1 ਲੱਖ ਰੁਪਏ ਦੀ ਸਿਰ ਦੇ ਉੱਤੇ ਟੋਪੀ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਇਹ ਦੇਸ਼ ਆਰਥਿਕ ਮੰਦਹਾਲੀ ਦੇ ਨਾਲ ਜੂਝ ਰਿਹਾ ਤੇ ਲੋਕਾਂ ਦੇ ਵਿੱਚ ਭੁੱਖਮਰੀ ਪਈ ਹੋਈ ਹੈ ਤੇ ਦਾਣੇ ਦਾਣੇ ਨੂੰ ਇਹ ਦੇਸ਼ ਮੁਹਤਾਜ ਹੋਇਆ ਪਿਆ। ਪਰ ਇਸ ਦੇ ਪ੍ਰਧਾਨ ਮੰਤਰੀ ਵੱਲੋਂ ਗੁੱਚੀ ਦੀ ਟੋਪੀ ਲਾ ਕੇ ਘੁੰਮਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਕਿਹਾ ਜਾ ਰਿਹਾ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 4 ਸਾਲਾਂ ਬਾਅਦ ਪਾਕਿਸਤਾਨ ਵਾਪਸ ਆਏ ਨੇ ਤੇ ਉਹਨਾਂ ਵੱਲੋਂ ਲਗਾਈ ਗੁੱਚੀ ਦੀ ਟੋਪੀ 1 ਲੱਖ ਰੁਪਏ ਵਾਲੀ ਚਰਚਾ ਦਾ ਵਿਸ਼ਾ ਬਣ ਗਈ ਹੈ। ਪਾਕਿਸਤਾਨ ਦੀ ਜਨਤਾ ਕਹਿ ਰਹੀ ਹੈ ਕਿ ਦੇਸ਼ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਤੇ ਦੂਜੇ ਪਾਸੇ ਨਵਾਜ਼ ਸ਼ਰੀਫ ਨੇ ਇਹ ਟੋਪੀ ਪਾ ਕੇ ਪੰਜਾਬ ਦੇ ਨਨਕਾਣਾ ਸਾਹਿਬ ਵਿਖੇ ਰੈਲੀ ਕੀਤੀ ਹੈ ਤੇ ਉਹਨਾਂ ਨੇ ਪਾਕਿਸਤਾਨ ਦੀ ਜਨਤਾ ਨਾਲ ਵਾਅਦਾ ਕੀਤਾ ਕਿ ਜੇਕਰ ਉਹ ਸੱਤਾ 'ਚ ਆਏ ਤਾਂ ਪਾਕਿਸਤਾਨ ਦੇ ਲੋਕਾਂ ਨੂੰ ਫ੍ਰੀ ਬਿਜਲੀ ਦਿੱਤੀ ਜਾਵੇਗੀ। ਇਹੀ ਨਹੀਂ, ਉਹਨਾਂ ਦੀ ਟੋਪੀ 'ਚ ਜੋ ਧਾਰੀਆਂ ਨੇ ਉਸ ਤੋਂ ਵੀ ਲੋਕ ਇਹ ਅੰਦਾਜ਼ਾ ਲਗਾ ਰਹੇ ਨੇ ਕਿ ਇਹ ਇਮਰਾਨ ਖਾਨ ਦੀ ਤਹਿਰੀਕੇ ਇਨਸਾਫ਼ ਪਾਰਟੀ ਦੇ ਨਾਲ ਮਿਲਦੀਆਂ ਜੁਲਦੀਆਂ ਨੇ। ਪਾਕਿਸਤਾਨ 'ਚ ਇਸ ਸਮੇਂ ਬਿਜਲੀ, ਪਾਣੀ ਅਤੇ ਖਾਣ ਵਾਲੀ ਵਸਤੂਆਂ ਤੇ ਸੰਕਟ ਚੱਲ ਰਿਹਾ। ਅਜਿਹੇ 'ਚ ਨਵਾਜ਼ ਸ਼ਰੀਫ ਦੀ 1 ਲੱਖ ਰੁਪਏ ਵਾਲੀ ਟੋਪੀ ਖੂਬ ਸੁਰਖੀਆਂ ਵੀ ਬਟੋਰ ਰਹੀ ਹੈ। ਇੱਕ ਸਾਬਕਾ ਪ੍ਰਧਾਨ ਮੰਤਰੀ ਦੇ ਵੱਲੋਂ ਲਗਾਈ 1 ਲੱਖ ਰੁਪਏ ਦੀ ਸਿਰ ਦੇ ਉੱਤੇ ਟੋਪੀ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਇਹ ਦੇਸ਼ ਆਰਥਿਕ ਮੰਦਹਾਲੀ ਦੇ ਨਾਲ ਜੂਝ ਰਿਹਾ ਤੇ ਲੋਕਾਂ ਦੇ ਵਿੱਚ ਭੁੱਖਮਰੀ ਪਈ ਹੋਈ ਹੈ ਤੇ ਦਾਣੇ ਦਾਣੇ ਨੂੰ ਇਹ ਦੇਸ਼ ਮੁਹਤਾਜ ਹੋਇਆ ਪਿਆ। ਪਰ ਇਸ ਦੇ ਪ੍ਰਧਾਨ ਮੰਤਰੀ ਵੱਲੋਂ ਗੁੱਚੀ ਦੀ ਟੋਪੀ ਲਾ ਕੇ ਘੁੰਮਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਕਿਹਾ ਜਾ ਰਿਹਾ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 4 ਸਾਲਾਂ ਬਾਅਦ ਪਾਕਿਸਤਾਨ ਵਾਪਸ ਆਏ ਨੇ ਤੇ ਉਹਨਾਂ ਵੱਲੋਂ ਲਗਾਈ ਗੁੱਚੀ ਦੀ ਟੋਪੀ 1 ਲੱਖ ਰੁਪਏ ਵਾਲੀ ਚਰਚਾ ਦਾ ਵਿਸ਼ਾ ਬਣ ਗਈ ਹੈ। ਪਾਕਿਸਤਾਨ ਦੀ ਜਨਤਾ ਕਹਿ ਰਹੀ ਹੈ ਕਿ ਦੇਸ਼ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਤੇ ਦੂਜੇ ਪਾਸੇ ਨਵਾਜ਼ ਸ਼ਰੀਫ ਨੇ ਇਹ ਟੋਪੀ ਪਾ ਕੇ ਪੰਜਾਬ ਦੇ ਨਨਕਾਣਾ ਸਾਹਿਬ ਵਿਖੇ ਰੈਲੀ ਕੀਤੀ ਹੈ ਤੇ ਉਹਨਾਂ ਨੇ ਪਾਕਿਸਤਾਨ ਦੀ ਜਨਤਾ ਨਾਲ ਵਾਅਦਾ ਕੀਤਾ ਕਿ ਜੇਕਰ ਉਹ ਸੱਤਾ 'ਚ ਆਏ ਤਾਂ ਪਾਕਿਸਤਾਨ ਦੇ ਲੋਕਾਂ ਨੂੰ ਫ੍ਰੀ ਬਿਜਲੀ ਦਿੱਤੀ ਜਾਵੇਗੀ। ਇਹੀ ਨਹੀਂ, ਉਹਨਾਂ ਦੀ ਟੋਪੀ 'ਚ ਜੋ ਧਾਰੀਆਂ ਨੇ ਉਸ ਤੋਂ ਵੀ ਲੋਕ ਇਹ ਅੰਦਾਜ਼ਾ ਲਗਾ ਰਹੇ ਨੇ ਕਿ ਇਹ ਇਮਰਾਨ ਖਾਨ ਦੀ ਤਹਿਰੀਕੇ ਇਨਸਾਫ਼ ਪਾਰਟੀ ਦੇ ਨਾਲ ਮਿਲਦੀਆਂ ਜੁਲਦੀਆਂ ਨੇ। ਪਾਕਿਸਤਾਨ 'ਚ ਇਸ ਸਮੇਂ ਬਿਜਲੀ, ਪਾਣੀ ਅਤੇ ਖਾਣ ਵਾਲੀ ਵਸਤੂਆਂ ਤੇ ਸੰਕਟ ਚੱਲ ਰਿਹਾ। ਅਜਿਹੇ 'ਚ ਨਵਾਜ਼ ਸ਼ਰੀਫ ਦੀ 1 ਲੱਖ ਰੁਪਏ ਵਾਲੀ ਟੋਪੀ ਖੂਬ ਸੁਰਖੀਆਂ ਵੀ ਬਟੋਰ ਰਹੀ ਹੈ। ਇੱਕ ਸਾਬਕਾ ਪ੍ਰਧਾਨ ਮੰਤਰੀ ਦੇ ਵੱਲੋਂ ਲਗਾਈ 1 ਲੱਖ ਰੁਪਏ ਦੀ ਸਿਰ ਦੇ ਉੱਤੇ ਟੋਪੀ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਇਹ ਦੇਸ਼ ਆਰਥਿਕ ਮੰਦਹਾਲੀ ਦੇ ਨਾਲ ਜੂਝ ਰਿਹਾ ਤੇ ਲੋਕਾਂ ਦੇ ਵਿੱਚ ਭੁੱਖਮਰੀ ਪਈ ਹੋਈ ਹੈ ਤੇ ਦਾਣੇ ਦਾਣੇ ਨੂੰ ਇਹ ਦੇਸ਼ ਮੁਹਤਾਜ ਹੋਇਆ ਪਿਆ। ਪਰ ਇਸ ਦੇ ਪ੍ਰਧਾਨ ਮੰਤਰੀ ਵੱਲੋਂ ਗੁੱਚੀ ਦੀ ਟੋਪੀ ਲਾ ਕੇ ਘੁੰਮਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਕਿਹਾ ਜਾ ਰਿਹਾ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 4 ਸਾਲਾਂ ਬਾਅਦ ਪਾਕਿਸਤਾਨ ਵਾਪਸ ਆਏ ਨੇ ਤੇ ਉਹਨਾਂ ਵੱਲੋਂ ਲਗਾਈ ਗੁੱਚੀ ਦੀ ਟੋਪੀ 1 ਲੱਖ ਰੁਪਏ ਵਾਲੀ ਚਰਚਾ ਦਾ ਵਿਸ਼ਾ ਬਣ ਗਈ ਹੈ। ਪਾਕਿਸਤਾਨ ਦੀ ਜਨਤਾ ਕਹਿ ਰਹੀ ਹੈ ਕਿ ਦੇਸ਼ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਤੇ ਦੂਜੇ ਪਾਸੇ ਨਵਾਜ਼ ਸ਼ਰੀਫ ਨੇ ਇਹ ਟੋਪੀ ਪਾ ਕੇ ਪੰਜਾਬ ਦੇ ਨਨਕਾਣਾ ਸਾਹਿਬ ਵਿਖੇ ਰੈਲੀ ਕੀਤੀ ਹੈ ਤੇ ਉਹਨਾਂ ਨੇ ਪਾਕਿਸਤਾਨ ਦੀ ਜਨਤਾ ਨਾਲ ਵਾਅਦਾ ਕੀਤਾ ਕਿ ਜੇਕਰ ਉਹ ਸੱਤਾ 'ਚ ਆਏ ਤਾਂ ਪਾਕਿਸਤਾਨ ਦੇ ਲੋਕਾਂ ਨੂੰ ਫ੍ਰੀ ਬਿਜਲੀ ਦਿੱਤੀ ਜਾਵੇਗੀ। ਇਹੀ ਨਹੀਂ, ਉਹਨਾਂ ਦੀ ਟੋਪੀ 'ਚ ਜੋ ਧਾਰੀਆਂ ਨੇ ਉਸ ਤੋਂ ਵੀ ਲੋਕ ਇਹ ਅੰਦਾਜ਼ਾ ਲਗਾ ਰਹੇ ਨੇ ਕਿ ਇਹ ਇਮਰਾਨ ਖਾਨ ਦੀ ਤਹਿਰੀਕੇ ਇਨਸਾਫ਼ ਪਾਰਟੀ ਦੇ ਨਾਲ ਮਿਲਦੀਆਂ ਜੁਲਦੀਆਂ ਨੇ। ਪਾਕਿਸਤਾਨ 'ਚ ਇਸ ਸਮੇਂ ਬਿਜਲੀ, ਪਾਣੀ ਅਤੇ ਖਾਣ ਵਾਲੀ ਵਸਤੂਆਂ ਤੇ ਸੰਕਟ ਚੱਲ ਰਿਹਾ। ਅਜਿਹੇ 'ਚ ਨਵਾਜ਼ ਸ਼ਰੀਫ ਦੀ 1 ਲੱਖ ਰੁਪਏ ਵਾਲੀ ਟੋਪੀ ਖੂਬ ਸੁਰਖੀਆਂ ਵੀ ਬਟੋਰ ਰਹੀ ਹੈ।